ਵੀ ਬੜੀ ਸਵਾਦ ਆ ਵੀ ਤੇਰੀ। ਹੋਰ ਕਿਹੜਾ ਪਿੰਡ ਆਪਣਾ? ਹਾਂ ਵੀ ਮੁੰਡਿਆ, ਇੰਨੀ ਰਾਤ ਨੂੰ ਕਿੱਥੇ? ਇੱਥੇ ਨਸ਼ੇ ਕਰਦੇ ਕੱਲ ਚਾਰ ਮੁੰਡੇ ਚੱਕੇ ਆ, ਇੰਨੀ ਰਾਤ ਨੂੰ ਇੱਥੇ ਘੁੰਮਣਾ ਠੀਕ ਨਹੀਂ। ਉਹ ਪ੍ਰਧਾਨ ਸਾਹਿਬ, ਔਖੇ ਕਿਹਨੂੰ ਹੋਈ ਜਾਂਦੇ ਹੋ? ਮੈਂ ਤਾਂ ਇੱਥੇ ਆਪਦੇ ਯਾਰ ਦੀ ਉਡੀਕ ਕਰ ਰਿਹਾ ਸੀ, ਪਤਾ ਨਹੀਂ ਕਿੱਥੇ ਰਹਿ ਗਿਆ। ਨਾ ਤੈਨੂੰ ਆਹੀ ਜਗ੍ਹਾ ਮਿਲੀ ਸੀ ਉਡੀਕ ਕਰਨ ਲਈ? ਚੱਲ ਚੰਗਾ। ਬਾਈ ਜੀ, ਇੱਥੇ ਪਹਿਲਾਂ ਮਾਨਾ ਦੀ ਹੱਟੀ ਹੁੰਦੀ ਸੀ, ਉਹ ਕਿੱਥੇ ਗਈ? ਆਹ ਨਵਾਂ ਢਾਬਾ ਖੁੱਲਿਆ ਕੋਈ? ਉਹ ਤਾਂ ਯਾਰ 5 ਸਾਲ ਪਹਿਲਾਂ ਬੰਦ ਹੋ ਗਈ ਸੀ, ਆਹ ਖੁੱਲਿਆ ਨਵਾਂ ਹੁਣ। ਕੀ ਗੱਲ? ਗੱਲ ਉਹ ਗੱਲ ਤਾਂ ਬਹੁਤ ਲੰਬੀ ਆ ਜਨਾਬ। ਉਹ ਦੱਸ ਤਾਂ ਸਹੀ, ਅਸੀਂ ਕਿਹੜਾ ਉਰੇ ਮੱਕੀ ਕੁੱਟਣੀ ਆ? ਉਹ ਅਸੀਂ ਵੀ ਤਾਂ ਵਿਹਲੇ ਹੀ ਆ। ਗੱਲ ਕੁਛ ਏਦਾਂ ਕਿ ਛੋਟੇ ਹੁੰਦੇ ਮੇਰਾ ਇੱਕ ਯਾਰ ਹੁੰਦਾ ਸੀ ਜੱਗੀ, ਸਾਰਾ ਦਿਨ ਭੱਜੀ ਜਾਣਾ ਭੱਜੀ ਜਾਣਾ, ਮੈਂ ਉਹਦੇ ਅੱਗੇ ਅੱਗੇ ਤੇ ਉਹ ਮੇਰੇ ਪਿੱਛੇ ਪਿੱਛੇ, ਬੜਾ ਖੇਡਦੇ ਹੁੰਦੇ ਸੀ ਇਕੱਠੇ। ਪਰ ਸਾਲਾ ਰੌਂਡੀ ਬਹੁਤ ਪਿੱਟਦਾ ਸੀ, ਪਰ ਚੰਦਰਾ ਦਿਲ ਦਾ ਬਹੁਤ ਚੰਗਾ ਸੀ। ਹਜੇ ਮੈਂ 5 ਕੁ ਸਾਲਾਂ ਦਾ ਸੀ ਕਿ ਬਾਪੂ ਚੱਲ ਵਸਿਆ, ਚਾਚੇ ਨੇ ਵਿਲਾ ਸਾਂਭ ਕੇ ਮੈਨੂੰ ਵੱਡਾ ਕੀਤਾ, ਪਰ ਚਾਚਾ ਮੇਰੀ ਮਾਂ ਨੂੰ ਬਹੁਤ ਕੁੱਟਦਾ ਸੀ, ਬੜੇ ਜ਼ੁਰਮ ਕਰਦਾ ਸੀ ਸਾਡੇ ਉੱਤੇ, ਉਹਦਾ ਰੋਜ਼ ਦਾ ਕੰਮ ਸੀ ਇਹ, ਮੈਂ ਰੋਜ਼ ਵੇਖਦਾ ਤੇ ਮੇਰਾ ਅੰਦਰੋਂ ਅੰਦਰ ਹੀ ਖੂਨ ਖੌਲਦਾ, ਮੈਂ ਅੰਦਰੋਂ ਅੰਦਰ ਹੀ ਬਲਦਾ ਸੀ। ਇੱਕ ਦਿਨ ਮੈਨੂੰ ਰਿਹਾਣਾ ਗਿਆ ਤੇ ਮੈਂ ਆਪਣਾ ਗੁੱਸਾ ਕੱਟ ਕੇ ਉੱਥੋਂ ਭੱਜ ਗਿਆ। ਉਹ ਦਿਨ ਮੈਨੂੰ ਹਜੇ ਵੀ ਯਾਦ ਆ। ਰਾਹ ਜਾਂਦੇ ਮੈਂ ਆਪਣੇ ਜੱਗੀ ਦੋਸਤ ਨੂੰ ਮਿਲ ਕੇ ਉਹਨੂੰ ਸਭ ਕੁਛ ਦੱਸਿਆ ਤੇ ਮੈਂ ਉਹਦੇ ਨਾਲ ਵਾਅਦਾ ਕੀਤਾ ਕਿ ਆਪਾਂ 20 ਸਾਲ ਬਾਅਦ 10ਵੇਂ ਮਹੀਨੇ 10 ਤਰੀਕ ਨੂੰ ਅਸੀਂ ਮੰਨਾਂ ਦੀ ਹੱਟੀ 'ਤੇ ਮਿਲਾਂਗੇ। ਨਾ ਉਹ ਥਾਂ ਇੱਥੇ ਆ ਤੇ ਨਾ ਮੇਰਾ ਦੋਸਤ, ਪਤਾ ਨਹੀਂ ਕਿੱਥੇ ਰਹਿ ਗਿਆ। ਅੱਛਾ ਬਾਈ ਯਾਰ, ਉਹ ਲੈ ਹਲੇ ਤਾਂ 10:15 ਹੀ ਹੋਏ ਆ, ਉਹ ਫਸ ਗਿਆ ਹੋਣਾ ਯਾਰ ਜਾਮ ਜੂਮ 'ਚ ਕਿਤੇ, ਤੂੰ ਉਡੀਕ ਲਾ ਬਾਈ ਆ ਜਾਊਗਾ। ਕੋਈ ਗੱਲ ਨਹੀਂ। ਉਹ ਜ਼ਰਾਵਰ ਜੱਗੀ ਬਾਈ, ਉਹ ਕਿੱਥੇ ਰਹਿ ਗਿਆ ਸੀ ਯਾਰ? ਮੈਨੂੰ ਤਾਂ ਲੱਗੇ ਤੂੰ ਆਉਣੀ ਨਹੀਂ ਸੀ। ਉਹ ਮਾਫ ਕਰੀ ਯਾਰ, ਉਹ ਮੈਂ ਤਾਂ ਆਪ ਬਹੁਤ ਮੁਸ਼ਕਲ ਪਹੁੰਚਿਆ, ਉਹ ਬੇਬੇ ਦੀ ਸੀ ਥੋੜੀ ਠੀਕ ਨਹੀਂ ਯਾਰ। ਉਹ ਤੂੰ ਦਿਲ ਕਿਉਂ ਛੋਟਾ ਕਰਦਾ? ਤੇਰਾ ਵੀਰ 20 ਸਾਲ ਬਾਅਦ ਆਇਆ, ਤੂੰ ਕਮਾ ਐਵੇਂ ਦਿਲ ਛੋਟਾ ਕਰੀ ਜਾਂਦਾ? ਆ ਚੱਲੀਏ। ਉਹ ਨਾਲਾ ਜਾਣਾ ਕਿੱਥੇ ਆ, ਆਪਾਂ ਇੱਥੇ ਬਹਿੰਦੇ ਆ। ਸਲਾਦ ਲਿਆ ਦੇ।
ਬਾਈ ਯਾਰ ਬਹੁਤ ਖੁਸ਼ੀ ਹੋਈ ਤੈਨੂੰ ਮਿਲ ਕੇ। 20 ਸਾਲ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ ਆਪਣੇ ਭਰਾ ਨੂੰ ਮਿਲਣਾ ਜਾ ਕੇ। ਕੀ ਦੱਸਾਂ ਯਾਰ, ਤੈਨੂੰ ਕਿੰਨਾ ਯਾਦ ਕਰਦਾ ਸੀ। ਉਹ ਖੁਸ਼ੀ ਕਾਹਦੀ ਖੁਸ਼ੀ ਸਾਲਿਆ, ਮੇਰਾ ਮਾੜਾ ਜਿਹਾ ਖਿਆਲ ਵੀ ਨਹੀਂ ਆਇਆ। ਉਹ ਵੀਰ ਇੱਕ ਵਾਰ ਤਾਂ ਪਿੰਡ ਆ ਜਾਂਦਾ, ਉਹ ਮੇਰੀ ਛੱਡ ਘੱਟੋ ਘੱਟ ਆਪਣੀ ਬੇਬੇ ਦੇ ਸੰਸਕਾਰ 'ਤੇ ਤਾਂ ਆ ਜਾਂਦਾ। ਉਹ ਜੇ ਮੈਂ ਉਹਨਾਂ ਹਾਲਾਤਾਂ 'ਚ ਪਿੰਡ ਆ ਜਾਂਦਾ, ਅੱਜ ਮੈਂ ਤੇਰੇ ਨਾਲ ਇੱਥੇ ਨਹੀਂ ਸੀ ਬੈਠਾ ਹੋਣਾ। ਤੂੰ ਕਿਉਂ ਗੁੱਸਾ ਕਰਦਾ ਯਾਰ, ਸਮਝਿਆ ਕਰ ਗੱਲ ਨੂੰ। ਉਹ ਚੱਲ ਛੱਡ ਯਾਰ, ਉਹ ਤੂੰ ਉਸ ਦਿਨ ਤੋਂ ਬਾਅਦ ਕਿੱਥੇ ਗਿਆ? ਉਹ ਕੀਤਾ ਕੀ, ਕਿਹਦੇ ਨਾਲ ਰਿਹਾ? ਬਸ ਯਾਰ, 2 ਵੇਲੇ ਦੀ ਰੋਟੀ ਖਾਣ ਲਈ ਜੋ ਮੈਨੂੰ ਕਰਨਾ ਪਿਆ ਉਹ ਮੈਂ ਕੀਤਾ, ਭਾਵੇਂ ਉਹ ਚੰਗਾ ਸੀ ਭਾਵੇਂ ਉਹ ਮਾੜਾ। ਅੱਗ ਪਈ ਤੂੰ ਬਈ, ਚੱਲ ਛੱਡ। ਤੂੰ ਇਹ ਦੱਸ ਪਿੰਡ ਦਾ ਕੀ ਹਾਲ ਆ? ਪਿੰਡ ਦਾ ਪੂਰਾ ਕੈਮ ਆ। ਤੇ ਯਾਰ ਉਹ ਜਿਹੜਾ ਚਾਚੇ ਦਾ ਮੁੰਡਾ ਸੀ ਪਿੰਡ, ਉਹਦਾ ਕੀ ਬਣਿਆ? ਪਤਾ ਨਹੀਂ ਯਾਰ, ਉਹ ਵੀ ਤੇਰੇ ਥੋੜ੍ਹੀ ਚਿਰ ਬਾਅਦ ਪਿੰਡ ਛੱਡ ਕੇ ਚਲਾ ਗਿਆ ਸੀ, ਕਿਸੇ ਨੂੰ ਉਹਦਾ ਹੱਥ ਪਤਾ ਹੀ ਨਹੀਂ ਯਾਰ। ਹਾਂ ਬੇਬੇ। ਅੱਛਾ, ਉਹ ਨਹੀਂ ਨਹੀਂ ਮੈਂ ਪਹੁੰਚ ਗਿਆ। ਹਾਂ ਸਭ ਠੀਕ ਹੈ। ਉਹ ਆਹੋ ਨਾਲ ਹੀ ਬੈਠਾ ਦਰਾਵਰ ਦੇ। ਅੱਛਾ ਤੂੰ ਦਵਾਈ ਲੈ ਲਈ ਜੀ? ਚੱਲ ਠੀਕ ਹੈ ਬੇਬੇ। ਉਹ ਕੀ ਗੱਲ, ਠੀਕ ਆ ਬੇਬੇ? ਉਹ ਆਹੋ ਬੇਬੇ ਦਾ ਠੀਕ ਹੀ ਆ, ਬਸ ਡਾਕਟਰ ਕਹਿੰਦਾ ਥੋੜ੍ਹਾ ਜਿਹਾ ਖਰਚਾ ਲੱਗੂ, ਚਲੋ ਦੇਖਦੇ ਹਾਂ ਕੀ ਹੁੰਦਾ। ਨਾ ਭਰਾ ਨੂੰ ਤੂੰ ਇੰਨਾ ਮਾੜਾ ਸਮਝਿਆ? ਉਹ 10 ਕਿੰਨੇ ਚਾਹੀਦੇ ਨੇ? ਉਹ ਨਾ ਨਾ ਭਰਾ ਛੱਡ, ਕੋਈ ਨਾ ਉਹ ਫੜ ਤੂੰ ਯਾਰ। ਨਾ ਬਸ ਬਾਈ, ਤੂੰ ਸੰਗੀ ਕਹਿੰਦਾ ਇੰਨਾ ਪੈਸਾ ਯਾਰੀ ਦੇ ਉੱਤੇ ਹੋ ਗਿਆ ਹੁਣ, ਹੈਂ ਫੜ ਤੂੰ ਰੱਖ ਆਪਣੇ ਕੋਲ, ਸਾਂਭ ਕੇ ਰੱਖ। ਵੀਰੇ ਇੰਨਾ ਪੈਸਾ ਫਿਰ, ਮਹਿੰਗਾ ਫੋਨ ਮਹਿੰਗੀ ਗੱਡੀ, ਉਹ ਤੂੰ ਕੀਤਾ ਕੀ ਆ ਉੱਥੇ ਜਾ ਕੇ? ਮੈਨੂੰ ਵੀ ਦੱਸ ਦੇ। ਬਸ ਯਾਰ, ਉਸ ਦਿਨ ਮੈਂ ਟ੍ਰੇਨ ਫੜੀ ਅਤੇ ਦਿੱਲੀ ਪਹੁੰਚਿਆ। ਉਸ ਦਿਨ ਮੈਨੂੰ ਪਤਾ ਲੱਗਿਆ ਕਿ ਜੇ ਭੁੱਖ ਲੱਗੀ ਤਾਂ ਪੈਸੇ ਤਾਂ ਚਾਹੀਦੇ ਨੇ। ਕੰਮ ਲੱਭਣ ਦੀ ਕੋਸ਼ਿਸ਼ ਕੀਤੀ, ਸਾਲਾ ਉਹ ਨਾ ਮਿਲੇ। ਫਿਰ ਮੈਂ ਛੋਟੀਆਂ ਮੋਟੀਆਂ ਚੋਰੀਆਂ ਕਰਨੀਆਂ ਸ਼ੁਰੂ ਕੀਤੀਆਂ। ਫਿਰ ਹੌਲੀ ਹੌਲੀ ਇਹਨਾਂ ਕੰਮਾਂ ਦਾ ਪਤਾ ਲੱਗਣ ਲੱਗਿਆ। ਫਿਰ ਮੈਂ ਨਸ਼ੇ ਵੇਚਣੇ ਸ਼ੁਰੂ ਕੀਤੇ। ਹੁਣ ਤੂੰ ਆਪ ਹਿਸਾਬ ਲਾ ਲਾ ਯਾਰ, ਜਿੰਨੇ ਵੀ ਨਸ਼ੇ ਬਾਰਡਰ ਤੋਂ ਰਾਜਸਥਾਨ ਵੱਲੋਂ ਪੰਜਾਬ ਆਉਂਦੇ ਨੇ ਉਹ ਸਾਰੇ ਮੇਰੇ ਅੰਡਰ ਆਉਂਦੇ ਨੇ। ਕਿਆ ਬਾਤ ਆ ਬਾਈ, ਮੈਂ ਤੈਨੂੰ ਬਹੁਤ ਮੁਸ਼ਕਲ ਨਾਲ ਮਿਲਣ ਆਇਆ ਵੀਰੇ। 20 ਸਾਲ ਤੋਂ ਉਡੀਕ ਕਰ ਰਿਹਾ ਸੀ ਇਸ ਦਿਨ ਲਈ, ਮੈਂ ਆਪਣੀ ਯਾਰੀ ਕਰਕੇ ਅੱਜ ਇੱਥੇ ਆਇਆ, ਪਰ ਤੇਰਾ ਵੀਰ ਡਰਿਆ ਨਹੀਂ। ਅੱਛਾ, ਉਹ ਤੈਨੂੰ ਯਾਦ ਆ, ਯਾਦ ਕਰ ਕੀ ਬਾਈ, ਜਦੋਂ ਸੜਕ 'ਤੇ ਤੁਰੇ ਜਾਂਦੇ ਹੁੰਦੇ ਸੀ ਆਪਾਂ ਦੋਵੇਂ, ਲੋਕ ਕਹਿੰਦੇ ਸੀ ਜੋੜੀ ਹੋਵੇ ਰਾਵਰ ਤੇ ਜੱਗੀ ਵਰਗੀ। ਉਹ ਰੁਕ, ਤੈਨੂੰ ਮੈਂ ਆਪਣੀ ਯਾਰੀ ਦਿਖਾਉਣਾ, ਤੇਰੇ ਵੀਰ ਨੇ ਯਾਰੀ ਸੰਭਾਲ ਕੇ ਰੱਖਿਆ 20 ਸਾਲ ਤੋਂ। ਨਿਕਲਿਆ ਕਿੱਥੇ ਰਹੀ, ਉਹ ਆ ਜਾ ਹੁਣ ਸੰਭਾਲ ਕੇ ਰੱਖੀ ਆ ਮੈਂ। ਚੱਕ, ਉਹ ਕਿਆ ਬਾਤ ਹੈ, ਦੋਵੇਂ ਜਿਗਰ ਦੇ ਟੁਕੜੇ। ਵਾਹ ਸਾਲਾ ਕਿਹੋ ਜਿਹਾ ਹੁੰਦਾ ਸੀ ਯਾਰ, ਕਿੰਨਾ ਬਦਲ ਗਿਆ ਤੂੰ, ਹੁਣ ਤਾਂ ਤੂੰ ਵਾਲ ਵੀ ਕਟਾ ਲਏ, ਸ਼ਕਲ ਵੀ ਤੇਰੀ ਕਿੰਨੀ ਬਦਲ ਗਈ। ਬਟ ਟਾਈਮ ਨਾਲ ਤਾਂ ਸਾਰੇ ਬਦਲ ਜਾਂਦੇ ਨੇ, ਉਹ ਦੇਖ ਤੂੰ ਵੀ ਤਾਂ ਕਿੰਨਾ ਬਦਲ ਗਿਆ। ਸਹੀ ਗੱਲ ਆ।
ਇਹ ਰੋਤਾ ਠੀਕ ਆ ਪਰ ਇਹ ਗੱਲ ਦੱਸ ਯਾਰ 20 ਸਾਲ ਬਹੁਤ ਜ਼ਿਆਦਾ ਟਾਈਮ ਹੁੰਦਾ ਪਰ ਇੰਨਾ ਵੀ ਟਾਈਮ ਨਹੀਂ ਹੁੰਦਾ ਯਾਰ ਕਿ ਤੇਰੀ ਅੱਖਾਂ ਦਾ ਰੰਗ ਭੂਰੇ ਤੋਂ ਕਾਲਾ ਹੋ ਜਾਏ ਬਾਈ ਹੁੰਦਾ ਉਮਰ ਨਾਲ ਅੱਖਾਂ ਦਾ ਵੀ ਯਾਰ ਵਾਹ ਯਾਰ ਵੀਰੇ ਮੰਨਿਆ ਕਿ 20 ਸਾਲ ਬਹੁਤ ਜ਼ਿਆਦਾ ਟਾਈਮ ਹੁੰਦਾ ਬਹੁਤ ਜ਼ਿਆਦਾ ਪਰ ਇੰਨਾ ਵੀ ਟਾਈਮ ਨਹੀਂ ਹੁੰਦਾ ਕਿ ਤੇਰੇ ਹੱਥ ਵਾਲਾ ਟੈਟੂ ਮਿਟ ਜਾਏ ਉਹ ਬਾਈ ਉਹ ਪਤਾ ਤਾਂ ਹੈ ਤੈਨੂੰ ਪਿੰਡ ਵਾਲਿਆਂ ਦਾ ਕੱਚੇ ਕੰਮ ਹੀ ਯਾਰ ਸਹੀ ਗਿਆ ਸਹੀ ਨਾ ਤੂੰ ਮੈਨੂੰ ਬੇਵਕੂਫ ਸਮਝਿਆ ਤੈਨੂੰ ਕੀ ਪਤਾ ਨਹੀਂ ਲੱਗਦਾ ਕਿ ਤੂੰ ਬੇਬੇ ਨਾਲ ਗੱਲ ਕਰਨ ਤੋਂ ਬਾਅਦ ਫੋਨ ਕੱਟਿਆ ਨਹੀਂ ਬਸ ਬਾਈ ਕੌਣ ਗੱਲਾਂ ਸੁਣਦਾ ਨਹੀਂ ਯਾਰ ਸ਼ਕਲ ਦੇ ਬੰਦੇ ਦਾ ਪੁੱਤ ਬਣ ਕੇ ਦੱਸ ਦੇ ਕੌਣ ਆ ਤੂੰ ਬਾਈ ਮੈਂ ਤੇਰਾ ਦੋਸਤ ਹਾਂ ਚੁੱਪ ਕਰ ਤੈਨੂੰ ਹੋਇਆ ਕੀ ਹੈ ਲੱਗਦਾ ਗੱਲ ਤੇਰੇ ਖਾਨੇ 'ਚ ਪੈਂਦੀ ਨਹੀਂ ਫਿਰ ਸੱਚ ਸੱਚ ਦੱਸ ਦੇ ਕੌਣ ਆ ਤੂੰ ਮੈਂ ਇੱਥੇ ਬਾਲਾ ਰੌਲਾ ਰੱਪਾ ਨਹੀਂ ਪਾਉਣਾ ਚਾਹੁੰਦਾ ਕੌੜਾ ਸੜਿਆ ਤੂੰ ਉਹ ਬਾਈ ਕੌੜਾ ਤੂੰ ਉਹ ਬਾਈ ਕੌੜਾ ਤੂੰ ਥੱਲੇ ਕਰ ਓਏ ਥੱਲੇ ਕਰ ਸਾਲਿਓ ਗਦਾਰੋ ਐਡੀ ਬਚਦਾ ਪੁੱਤ ਕੌਣ ਤੁਸੀਂ ਸਾਲਿਓ ਮੈਨੂੰ ਜਾਣ ਦਿਓ ਨਹੀਂ ਤਾਂ ਇੱਥੇ ਕਿਸੇ ਨੇ ਨਹੀਂ ਬਚਣਾ ਥੱਲੇ ਰੱਖ ਸਾਲਿਆ ਉਹ ਥੱਲੇ ਰੱਖ ਸਾਲਿਓ ਮੈਨੂੰ ਮਾਰਨ ਲੱਗੇ ਸੀ ਐ ਨੀ ਮਰਦਾ ਪੁੱਤ ਐ ਨੀ ਮਰਦਾ ਖੜਾ ਖੜਾ ਉਸ ਸਾਲਿਆ ਮੈਨੂੰ ਮਾਰਨ ਲੱਗੇ ਸੀ ਉਹ ਬਾਈ ਬਾਈ ਗੋਲੀ ਨਾ ਮਾਰੀ ਐ ਨੀ ਮਰਦਾ ਪੁੱਤ ਤੈਨੂੰ ਮਾਰ ਕੇ ਮਰੂ ਬਾਈ ਨਾ ਨਾ ਗੋਲੀ ਨਾ ਮਾਰੀ ਉਹ ਆ ਵੇਖ ਮੈਂ ਹੀ ਤੇਰਾ ਦੋਸਤ ਜੱਗੀ ਉਹ ਮੈਂ ਤਾਂ ਫਰਜ਼ ਨਿਭਾ ਰਿਹਾ ਸੀ ਆਪਣਾ ਉਹ ਜਾ ਸਾਲਿਆ ਉਹ ਬਾਈ ਓਏ ਓਏ ਉਹ ਤੂੰ ਲਾਲਚ ਆ ਕੇ ਆਪਣੀ ਯਾਰੀ ਭੁੱਲ ਗਿਆ ਸ਼ਰਮ ਆਉਂਦੀ ਆ ਤੈਨੂੰ ਆਪਣਾ ਯਾਰ ਕਹਿੰਦੇ ਓਏ ਤੂੰ ਆ ਤੇਰੇ ਤੇ ਓਏ ਉਹ ਤੂੰ ਯਾਰ ਮਾਰੀ ਕਰ ਗਿਆ ਤੈਨੂੰ ਮੇਰਾ ਬੜਾ ਖਿਆਲ ਲਿਆ ਉਹ ਨਾ ਵੀਰ ਉਹ ਬਾਈ ਮੈਂ ਹੱਥ ਜੋੜਦਾ ਉਹ ਮੈਂ ਤਾਂ ਆਪ ਤੈਨੂੰ ਮਿਲਣ ਲਈ 20 ਸਾਲ ਤੋਂ ਉਡੀਕ ਰਿਹਾ ਸੀ ਉਹ ਜਾ ਸੜਿਆ ਉਹ ਮੈਨੂੰ ਕੀ ਪਤਾ ਸੀ ਉਹ ਮੇਰਾ ਜਿਗਰੀ ਯਾਰ ਸਮਗਲਰ ਬਣ ਜੂ ਉਹ ਬਾਈ ਉਹ ਮੈਂ ਆਪਣੇ ਹੌਲਦਾਰ ਨੂੰ ਜੱਗੀ ਬਣਾ ਕੇ ਤੈਨੂੰ ਫੜਨ ਲਈ ਭੇਜਿਆ ਸੀ ਇਹ ਸਭ ਸਾਡੀ ਤਰਕੀਬ ਸੀ ਵੀਰ ਤੈਨੂੰ ਮੇਰਾ ਬੜਾ ਖਿਆਲ ਲਿਆ ਉਹ ਮੈਨੂੰ ਮਾਫ ਕਰ ਦੇ ਵੀਰੇ ਲਾਲਚ ਆ ਕੇ ਮੈਂ ਆਪਣੀ ਯਾਰੀ ਭੁੱਲ ਗਿਆ ਤੂੰ ਤੂੰ ਮੇਰੇ ਤੇ ਭਰੋਸਾ ਰੱਖ ਜੋ ਹੋਇਆ ਸੋ ਹੋਇਆ ਮਾਫ ਕਰ ਦੀ ਯਾਰਾ ਜਨਾਬ ਹੈਲੋ ਓ ਜਨਾਬ ਓ ਜਨਾਬ ਓ ਕੀ ਗੱਲ ਜਨਾਬ ਓ ਕੱਲੇ ਕੱਲੇ ਤਰੱਕੀਆਂ ਭਾਲਦੇ ਸੀ ਹੈਂ ਓ ਹਾਂ ਵੀ ਓ ਪਛਾਣਿਆ ਮੈਨੂੰ ਓ ਮੈਂ ਇੰਦਰ ਤੇਰੇ ਚਾਚੇ ਦਾ ਮੁੰਡਾ ਓ ਤੂੰ ਮੇਰੇ ਬਾਪੂ ਨੂੰ ਮਾਰਿਆ ਸੀ ਹੈ ਯਾਦ ਕਰ ਸਾਲਿਆ ਓਏ ਉੱਠ ਸਾਲਿਆ ਓ ਆਇਆ ਯਾਦ ਕੁਝ ਸਾਲਿਆ ਪੁੱਤ ਮੇਰਾ ਬਦਲਾ ਲਈ ਸਾਹਿਬ ਜੀ
ਵਾਰਦਾਤ ਇੰਸਪੈਕਟਰ ਸਾਹਿਬ ਤੇ ਜ਼ੋਰਾਵਰ ਮਾਰੇ ਗਏ ਨੇ ਜੀ। ਮੈਂ ਵੀ ਜ਼ਖਮੀ ਹਾਂ, ਤੁਸੀਂ ਛੇਤੀ ਆ ਜਾਓ। ਕੋਈ ਨਾ ਪੁੱਤ, ਤਰੱਕੀਆਂ ਤਾਂ DSP ਸਾਹਿਬ ਹੀ ਲੈ ਕੇ ਜਾਣਗੇ। ਪੁੱਤ ਲੜਿਓ ਨਾ, ਇਕੱਠੇ ਰਿਹੋ। ਜੇ ਕਿਸੇ ਨਾਲ ਮਾੜਾ ਕਰੋਗੇ ਤਾਂ ਤੁਹਾਡੇ ਨਾਲ ਵੀ ਮਾੜਾ ਹੀ ਹੋਊਗਾ, ਸਮਝ ਗਏ? Thank you.